ਮੈਨੂੰ 3 ਸਾਲ ਹੋ ਗਏ ਚਿੱਟਾ ਲਾਉਂਦੇ ਨੂੰ, ਜਿੱਦਾਂ ਮੈਨੂੰ 3 ਸਾਲ ਤੋਂ ਕੋਈ ਡਾਕਟਰ ਤੋਂ ਜਾ ਰਿਹਾ ਸੀ, ਕੋਈ ਫਰਕ ਨਹੀਂ ਪੈ ਰਿਹਾ ਸੀ। ਇਹ ਦਵਾਈ ਖਾਣ ਨਾਲ ਯਾਨੀ ਕਿ ਮੈਨੂੰ 1 ਮਹੀਨੇ ਦਾ ਕੋਰਸ ਦੱਸਿਆ, ਬਿਲਕੁਲ ਸਹੀ ਆ। ਯਾਨੀ ਕਿ ਮੈਂ ਦਵਾ 6 ਪੂੜੀਆਂ 1 ਦਿਨ ਦੀਆਂ ਖਾਂਦਾ ਪਿਆ ਜੀ, ਹੁਣ ਜਿੱਦਾਂ ਮੈਂ 1 ਪੂੜੀ 'ਤੇ ਆ ਗਿਆ, ਬਣਿਆ ਬਿਲਕੁਲ ਸਹੀ ਹਾਂ ਜੀ। ਹਾਂਜੀ, ਕਿੰਨੀ ਦੇਰ ਤੋਂ ਸ਼ੁਰੂ ਕੀਤਾ ਇਸ ਨਸ਼ਾ? ਸਰ ਮੈਨੂੰ 3-4 ਸਾਲ ਹੋ ਗਏ ਜੀ, ਮੈਂ ਗ੍ਰਾਮ ਚਿੱਟੇ ਦੀ ਪੀਂਦਾ ਸੀ ਜੀ। ਅਤੇ ਕਿੱਦਾਂ ਸੰਗਤ 'ਚ ਆਇਆ, ਕਿਹੜੀ ਮਾੜੀ ਸੰਗਤ ਲੱਗੀ ਹੈ ਜਾਂ ਕੋਈ ਇਸੇ ਵੱਲ ਦੇਖ ਕੇ ਲੱਗਿਆ ਕਿ ਮੈਂ ਨਸ਼ਾ ਸ਼ੁਰੂ ਕਰਨਾ? ਸਰ ਬਸ ਵੈਸੇ ਮਾੜੀ ਮੜੀਰ ਨਾ, ਮਾੜੀ ਮੜੀਰ। ਹਾਂਜੀ ਸਰ। ਅਤੇ ਜਿਹੜਾ ਮੈਂ ਜ਼ਿਆਦਾ 3-4 ਸਾਲ ਹੋ ਗਿਆ ਨਸ਼ਾ ਕਰਦਾ, ਕਦੇ ਨਸ਼ਾ ਛੱਡਣ ਲਈ ਮਨ ਵੀ ਕੀਤਾ ਸੀ ਵੀ ਮੈਂ ਕਿਤੇ ਉਹ ਨਸ਼ਾ ਛੁਡਾਵਾਂ ਜਾਂ ਮੇਰੇ ਅੰਦਰ ਜੋ ਨਸ਼ਾ ਰਚ ਗਿਆ ਇਹਨੂੰ ਮੈਂ ਕਿਸ ਤਰ੍ਹਾਂ ਛੁਟਕਾਰਾ ਪਾਵਾਂ? ਸਰ 1-2 ਡਾਕਟਰਾਂ ਤੋਂ ਗਿਆ ਸੀ, ਮੈਨੂੰ ਫਾਇਦਾ ਨਹੀਂ ਹੋਇਆ। ਇਹ ਦਵਾ ਖਾਣ ਨਾਲ ਬਿਲਕੁਲ ਮੈਂ ਸਹੀ ਹਾਂ ਜੀ। ਹਾਂਜੀ। ਅਤੇ ਇਹ ਜਿਹੜਾ ਆਰਜੀ ਲਾਈਫ ਕੇਅਰ ਹੈ, ਇਹਦੇ ਬਾਰੇ ਤੈਨੂੰ ਕਿੱਦਾਂ ਪਤਾ ਲੱਗਾ ਕਿ ਇਹ ਪੁੜੀ ਜਿਹੜੀ ਦਿੰਦੇ ਨੇ ਵੈਦ ਸਾਹਿਬ, ਇਸ ਪੁੜੀ ਨਾਲ ਨਸ਼ਾ ਛੱਡਿਆ ਜਾਂਦਾ, ਕਿੱਥੋਂ ਪਤਾ ਲੱਗਾ ਸੀ ਪਹਿਲਾਂ? ਸਰ ਜਿੱਦਾਂ ਸਾਡੀ ਸਿਸਟਰ ਆ ਜਿੱਦਾਂ ਇੱਥੇ ਕੰਮ ਕਰਦੀ ਪਈ ਆ, ਉਹਨਾਂ ਨੇ ਮੈਨੂੰ ਦੱਸਿਆ ਕਿ ਇਸ ਕਰਕੇ ਦਵਾਈ ਬਹੁਤ ਸਹੀ ਆ, ਉਹਦੇ ਨਾਲ ਯਾਨੀ ਕਿ ਮੈਨੂੰ ਲੈ ਕੇ ਆਏ ਦਵਾਈ ਬਿਲਕੁਲ। ਯਾਨੀ ਕਿ ਮੈਂ 1 ਮਹੀਨੇ ਦਾ ਕੋਰਸ ਖਤ ਕੀਤਾ, ਹੁਣ ਯਾਨੀ ਕਿ 2-4 ਦਿਨਾਂ ਦਾ ਮੇਰਾ ਕੋਰਸ ਰਹਿੰਦਾ ਆ ਜੀ, ਬਿਲਕੁਲ ਸਹੀ ਹਾਂ ਜੀ। ਡੇਲੀ ਜਿਹੜਾ ਤੁਸੀਂ ਕਿੰਨੇ ਦਾ ਨਸ਼ਾ ਕਰਦੇ ਸੀ ਔਰ ਉਹਦੇ ਲਈ ਪੈਸੇ ਕਿੱਥੋਂ ਆਉਂਦੇ ਸੀ ਤੁਹਾਡੇ ਕੋਲ? ਸਰ ਉੱਦਾਂ ਮੈਂ ਵੈਸੇ ਕੰਮ ਕਰਦਾ ਪਿਆ, ਬਸ ਇੱਧਰ ਯਾਰਾਂ ਦੋਸਤਾਂ ਨਾਲ ਰਲ ਮਿਲ ਕੇ ਕਰ ਲਈਦਾ ਸੀ। ਕਿੰਨੇ ਦਾ ਨਸ਼ਾ ਹੁੰਦਾ ਸੀ ਡੇਲੀ? ਸਰ 3-4 ਹਜ਼ਾਰ ਦਾ ਆ ਜਾਂਦਾ ਸੀ। 3-4 ਹਜ਼ਾਰ ਦਾ ਨਸ਼ਾ ਡੇਲੀ ਕਰ ਜਾਂਦੇ ਸੀਗੇ? ਹਾਂਜੀ ਸਰ। ਅਤੇ ਵੇ ਜਿਹੜਾ ਇਹ ਨਸ਼ਾ ਕਰਦੇ ਸੀ ਇਹਦੇ ਲਈ ਪੈਸੇ ਫੇ ਕਮਾਈ 'ਚੋਂ ਆਉਂਦੇ ਸੀ ਜਾਂ ਕੋਈ ਹੋਰ ਸਾਧਨ ਵੀ ਸੀ? ਜਾਂ ਜ਼ਿਆਦਾਤਰ ਗਲਤ ਸੰਗਤ ਵਿੱਚ ਲੁੱਕ ਪੈ ਜਾਂਦੇ, ਲੁੱਟਾਂ ਖੋਹਾਂ ਇੱਦਾਂ ਦਾ ਕੰਮ? ਸਰ ਇੱਦਾਂ ਦਾ ਨਹੀਂ ਸੀ, ਮੈਂ ਕੰਮ ਕਰਦਾ ਪਿਆ ਜੀ, ਨਾਲ ਯਾਰ ਦੋਸਤ ਰਲ ਕੇ ਮਿਲ ਕੇ ਕਰ ਲੈਂਦੇ ਸੀ। ਹਾਂਜੀ ਸਰ। ਕਿੰਨੀ ਤਨਖਾਹ ਮਿਲਦੀ ਸੀ ਉਸ ਵੇਲੇ? ਸਰ ਮੈਨੂੰ ਮਿਲਦੀ ਆ 17,000 ਰੁਪਈਆ ਜੀ। ਹਾਂਜੀ, 17 ਦਾ 17 ਜਿਹੜਾ ਨਸ਼ੇ 'ਚ ਜਾਂਦਾ ਸੀਗਾ। ਅਤੇ ਜਦੋਂ ਹੁਣ ਇਸ ਪੁੜੀ ਨੂੰ ਤੁਸੀਂ ਲੈਣਾ ਸ਼ੁਰੂ ਕੀਤਾ, ਤੁਸੀਂ ਦੱਸ ਦਿਓ ਵੀ ਪੁੜੀ ਲਈ ਤੁਹਾਨੂੰ ਤੁਹਾਡਾ ਕੋਈ ਰਿਲੇਟਿਵ ਇੱਥੇ ਲੱਗਾ ਸੀਗਾ, ਅਤੇ ਕਿੱਦਾਂ ਫਿਰ ਨਸ਼ਾ ਹੌਲੀ ਹੌਲੀ ਛੱਡਣਾ ਪਿਆ ਅਤੇ ਛੱਡਦੇ ਆ ਰਹੇ ਹੋ, ਅਤੇ ਹੁਣ ਕਿੱਥੇ ਤੱਕ ਪੁਜੀਸ਼ਨ ਆ ਗਈ ਆ? ਸਰ ਯਾਨੀ ਕਿ ਮੈਂ 1 ਦਿਨ ਤੋਂ 6 ਪੁੜੀਆਂ ਸ਼ੁਰੂ ਕੀਤੀਆਂ ਸੀ ਸਰ, ਹੁਣ ਯਾਨੀ ਕਿ ਮੈਨੂੰ 5-7 ਦਿਨ ਦਾ ਕੋਰਸ ਰਹਿੰਦਾ ਆ ਜੀ, ਬਾਕੀ ਯਾਨੀ ਕਿ ਮੈਂ 1 ਪੁੜੀ 'ਤੇ ਆ ਗਿਆ ਜੀ। 1 ਪੁੜੀ 'ਤੇ ਆ ਗਿਆ? ਹਾਂਜੀ ਸਰ। ਹੁਣ ਵੀ ਦਿਲ ਕਰਦਾ ਵੀ ਮੈਂ ਜਿਹੜੀ ਮਾੜੀ ਸੰਗਤ ਜਾਵਾਂ ਅਤੇ ਨਸ਼ਾ ਕਰਨ ਦੀ ਕੋਸ਼ਿਸ਼, ਚਿੱਤ ਕਰਦਾ ਮਨ 'ਚ ਉੱਠਦੀ ਇੱਦਾਂ ਦੀ? ਬਿਲਕੁਲ, ਜ਼ਿੰਦਗੀ ਹੁਣ ਸਹੀ ਆ ਜੀ। ਹਾਂਜੀ ਸਰ। ਮਤਲਬ ਲਾਈਫ ਬਦਲੇ, ਹੁਣ ਨਹੀਂ ਮਨ 'ਚ ਕਰਦਾ ਵੀ ਮੈਂ ਆਹ ਚੀਜ਼ ਹੁਣ ਹੈ, ਮੈਂ ਮਾੜੀ ਮੜੀਰ ਵੀ ਛੱਡ ਦਿੱਤੀ, ਨਸ਼ੇ ਵੀ ਛੱਡ ਦਿੱਤੇ। ਕੀ ਕਹਿਣਾ ਚਾਹੁੰਦੇ ਉਹ ਨੌਜਵਾਨ ਜਿਹੜੇ ਨਸ਼ੇ ਦੇ ਵਿੱਚ ਇਸ ਵੇਲੇ ਦੱਬੇ ਹੋਏ ਨੇ, ਨਸ਼ੇ ਤੱਸੇ ਹੋਏ ਨੇ, ਉਹਨਾਂ ਨੂੰ ਇਸ ਪੁੜੀ ਬਾਰੇ ਕੀ ਕਹਿਣਾ ਚਾਹੁੰਦੇ ਹੋ? ਸਰ ਮੈਂ ਤਾਂ ਇਹੀ ਕਹਿੰਦਾ ਕਿ ਦਵਾਈ ਖਾਣ, ਬਿਲਕੁਲ ਸਹੀ ਆ ਦਵਾਈ, ਇਹ 'ਚ ਕੋਈ ਮਾੜਾ ਵਰਕ ਨਹੀਂ ਜਾਂ ਕੁਛ ਨਹੀਂ, ਬਿਲਕੁਲ ਸਹੀ ਆ ਦਵਾਈ ਜੀ, ਖਾਣ ਅਤੇ ਅਗਲੀ ਆਪਣੀ ਲਾਈਫ ਜੀਣ। ਮਤਲਬ ਅੱਜ ਤੁਸੀਂ ਵੀ ਖੁਸ਼ ਹੋ, ਤੁਹਾਡਾ ਪਰਿਵਾਰ ਵੀ ਖੁਸ਼ ਹੈ, ਸ਼ਾਦੀ ਸ਼ੁਦਾ ਜਾਂ ਅਨਮੈਰਿਡ ਹੋ? ਸ਼ਾਦੀ ਸ਼ੁਦਾ। ਕਿੰਨੇ ਬੱਚੇ ਆ? ਬੱਚਾ ਨਹੀਂ ਹਾਲੇ ਸਰ। ਮਤਲਬ ਅੱਜ ਤੁਹਾਡੀ ਵਾਈਫ ਵੀ ਜਦੋਂ ਨਸ਼ਾ ਕਰਦੇ ਉਦੋਂ ਵਿਆਹ ਨਸ਼ਾ ਕਰਦੇ ਵੇਲੇ ਹੋਇਆ ਸੀ ਵਿਆਹ? ਹਾਂਜੀ ਸਰ। ਅਤੇ ਘਰਦਿਆਂ ਨੇ ਕਿਹਾ ਨਹੀਂ ਵੀ ਤੁਸੀਂ ਨਸ਼ਾ ਕਰਦੇ ਹੋ, ਮੈਂ ਤੁਹਾਡੇ ਨਾਲ ਕਦੇ ਲੜਾਈ ਘਰ 'ਚ? ਨਹੀਂ ਸਰ, ਇੱਦਾਂ ਦਾ ਕੋਈ ਨਹੀਂ। ਮਤਲਬ ਅੱਜ ਵਾਈਫ ਵੀ ਖੁਸ਼ ਆ, ਪੂਰਾ ਪਰਿਵਾਰ ਖੁਸ਼ ਹੈ? ਹਾਂਜੀ ਸਰ। ਖੁਸ਼ ਹੈ? ਹਾਂਜੀ ਖੁਸ਼ ਹੈ।